ਕਹਿੰਦੇ ਨੇ ਕਿ ਦਸੰਬਰ ਮਹੀਨੇ ਦੇ ਵਿੱਚ ਡੀਜੇ ਨਹੀਂ ਲੱਗਣਗੇ ਜਾਂ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੋਵੇਗੀ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪਹਿਲੇ ਨਾਲੋਂ ਜ਼ਿਆਦਾ ਹੋ ਰਹੀ ਹੈ ਅਤੇ ਬੜੇ ਜ਼ੋਰ ਦੇ ਨਾਲ ਹੋਏਗੀ ਅਤੇ ਕੋਈ ਵੀ ਸਰਕਾਰ ਇਸ ਚੀਜ਼ ਨੂੰ ਨਹੀਂ ਰੋਕ ਸਕਦੀ। ਜਿਹੜਾ 25 ਔਰ 24 ਨੂੰ ਦਿਹਾੜਾ ਹੁੰਦਾ ਆ ਪ੍ਰਭੂ ਯਿਸੂ ਮਸੀਹ ਦਾ ਪੂਰੇ ਵਰਲਡ ਲੈਵਲ ਤੇ ਮਨਾਇਆ ਜਾਂਦਾ ਆ, ਉਹ ਭਗਵੰਤ ਮਾਨ ਜੀ ਉਦਾਂ ਹੀ ਮਨਾਇਆ ਜਾਊਗਾ। ਤੇ ਭਗਵੰਤ ਮਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਸਪਸ਼ਟੀਕਰਨ ਦੇਣ ਕ੍ਰਿਸਚਨ ਭਾਈਚਾਰੇ ਨੂੰ ਕਿ ਕ੍ਰਿਸਚਨ ਭਾਈਚਾਰਾ ਪੰਜਾਬ ਦਾ ਵਸਨੀਕ ਨਹੀਂ ਆ। ਤੁਸੀਂ ਕਹਿ ਦਿੱਤਾ ਗਿਆ ਆ ਵੀ ਦਸੰਬਰ ਮਹੀਨੇ ਕੋਈ ਵੀ ਡੀਜੇ ਕੋਈ ਵੀ ਫੰਕਸ਼ਨ ਨਹੀਂ ਕੀਤਾ ਜਾਏਗਾ, ਕਿਉਂਕਿ ਸਾਡਾ ਦਸੰਬਰ ਮਹੀਨੇ ਜੋ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਆ, ਉਹ ਪੂਰੇ ਵਰਲਡ ਲੈਵਲ 'ਤੇ ਮਨਾਇਆ ਜਾਂਦਾ ਆ। ਭਗਵੰਤ ਮਾਨ ਜੀ, ਸਾਡਾ ਜਿਹੜਾ ਦਸੰਬਰ ਮਹੀਨੇ ਦਾ ਦਿਹਾੜਾ ਕ੍ਰਿਸਮਿਸ ਡੇ, ਉਹ ਬਹੁਤ ਪੁਰਾਣਾ ਚੱਲਦਾ ਰਿਹਾ ਔਰ ਵਰਲਡ ਲੈਵਲ 'ਤੇ ਚੱਲਦਾ ਰਿਹਾ। ਇਸ ਲਈ ਸਾਰਾ ਕ੍ਰਿਸਚਨ ਭਾਈਚਾਰਾ ਜਿੰਨਾ ਵੀ ਆ, ਤੁਹਾਨੂੰ ਪੁੱਛਣਾ ਚਾਹੁੰਦਾ ਆ ਕਿ ਦਸੰਬਰ ਮਹੀਨੇ ਕਿੰਨਾ ਵਾਸਤੇ ਪਾਬੰਦੀਆਂ ਨੇ ਅਤੇ ਕਿੰਨਾ ਲਈ ਨਹੀਂ, ਜਾਂ ਇਹ ਕ੍ਰਿਸਚਨ ਭਾਈਚਾਰੇ ਲਈ ਪਾਬੰਦੀਆਂ ਨੇ। ਸਾਡੇ ਵਾਸਤੇ ਤਾਂ ਜਿਹੜੇ ਉਹ ਦਿਨ ਹੁੰਦੇ ਨੇ ਜਨਮ ਦਿਹਾੜੇ ਹੁੰਦੇ ਨੇ। ਇਹੀ ਦੱਸਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਨੇ ਇਹ ਤਾਂ ਬੜਾ ਮਾੜਾ ਬਿਆਨ ਦੇ ਦਿੱਤਾ ਜਿਹੜਾ ਮੈਂ ਦੇਖਿਆ ਔਰ ਸੁਣਿਆ। ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਚਾਹੀਦਾ ਕਿ ਇਨਸਾਨੀਅਤ ਨੂੰ ਕਾਇਮ ਰੱਖੇ, ਨਾ ਕਿਸੇ ਦੇ ਮਜ਼ਹਬ ਬਾਰੇ ਗੱਲ ਕਰੇ ਅਤੇ ਨਾ ਕਿਸੇ ਦੇ ਹਿੱਤ ਵਿੱਚ ਬੋਲਣਾ ਚਾਹੀਦਾ, ਕਿਉਂਕਿ ਇਹ ਜਿਹੜੇ ਤਿਉਹਾਰ ਚੱਲਦੇ ਆ ਰਹੇ ਨੇ, ਚਾਹੇ ਉਹ ਦੁਸਹਿਰਾ ਆ, ਦੀਵਾਲੀ ਆ, ਜਾਂ ਕੋਈ ਵੀ ਤਿਉਹਾਰ ਐਸਾ, ਉਹਦੇ ਆੜ ਦੇ ਵਿੱਚ ਇਹਨਾਂ ਨੂੰ ਮਜ਼ਹਬ ਦੇ ਨਾਲ ਖੇਲਣਾ ਨਹੀਂ ਚਾਹੀਦਾ ਅਤੇ ਇਹਨਾਂ ਨੂੰ ਇਨਸਾਨੀਅਤ ਨੂੰ ਬਰਕਰਾਰ ਰੱਖਣਾ ਚਾਹੀਦਾ, ਜਿਹੜੇ ਸਰਕਾਰ ਦੇ ਕਰਮ ਹੁੰਦੇ ਨੇ। ਅਤੇ ਉਸ ਤੋਂ ਇਲਾਵਾ ਇਹਨਾਂ ਨੂੰ ਬੋਲਣਾ ਨਹੀਂ ਚਾਹੀਦਾ। ਅਤੇ ਜਿਹੜੇ ਕਹਿੰਦੇ ਨੇ ਕਿ ਦਸੰਬਰ ਮਹੀਨੇ ਦੇ ਵਿੱਚ ਡੀਜੇ ਨਹੀਂ ਲੱਗਣਗੇ ਜਾਂ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੋਵੇਗੀ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪਹਿਲੇ ਨਾਲੋਂ ਜ਼ਿਆਦਾ ਹੋ ਰਹੀ ਹੈ ਅਤੇ ਬੜੇ ਜ਼ੋਰ ਦੇ ਨਾਲ ਹੋਏਗੀ ਅਤੇ ਕੋਈ ਵੀ ਸਰਕਾਰ ਇਸ ਚੀਜ਼ ਨੂੰ ਨਹੀਂ ਰੋਕ ਸਕਦੀ। ਸਿੱਖ ਭਾਈਚਾਰੇ ਨੂੰ ਸਾਰੇ ਨੂੰ ਇਹੋ ਹੀ ਮੇਰਾ ਸੰਦੇਸ਼ ਹੈ ਕਿ ਸਾਰੇ ਇੱਕ ਹੋ ਕੇ ਚੱਲਣ, ਇਹਦੇ ਵਿੱਚ ਮਿਸ਼ਨ ਦਾ ਸਵਾਲ ਨਾ ਹੋਵੇ, ਇਹਦੇ ਵਿੱਚ ਕਿਸੇ ਵੀ ਹੋਰ ਵੀ ਜਿਹੜੇ ਵੱਖਰੇ ਵੱਖਰੇ ਰਾਹਾਂ 'ਤੇ ਚੱਲ ਰਹੇ ਆ। ਇਹ ਤਿਉਹਾਰ ਐਸਾ ਹੈ ਕਿ ਸਾਰਿਆਂ ਨੂੰ ਇੱਕ ਹੋ ਕੇ ਅਤੇ ਪੂਰੇ ਜ਼ੋਰ ਦੇ ਨਾਲ ਸਾਰਿਆਂ ਨੂੰ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਹੈ। ਸਾਰੇ ਹੀ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਜੈ ਭੀਮ, ਜੈ ਭਾਰਤ, ਹਾਲੇਲੂਯਾ। ਜਿਹੜੀ ਅੱਜ ਪ੍ਰੈਸ ਕਾਨਫਰੰਸ ਸੱਦੀ ਆ, ਉਹ ਸਾਡੇ ਵਿੱਚ ਜਿੰਨੇ ਵੀ ਪੱਤਰਕਾਰ ਵੀ ਪਹੁੰਚੇ ਨੇ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜਿਹੜੀ ਅਸੀਂ ਪ੍ਰੈਸ ਕਾਨਫਰੰਸ ਸੱਦੀ ਆ, ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿੱਤੇ ਹੋਏ ਬਿਆਨ ਵਾਸਤੇ ਉਹਨਾਂ ਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ। ਜਿਹੜਾ ਉਹਨਾਂ ਨੇ ਆਖਿਆ ਆ ਵੀ ਦਸੰਬਰ ਮਹੀਨੇ ਕੋਈ ਵੀ ਜਸ਼ਨ ਵਾਲਾ ਮਾਹੌਲ ਜਾਂ ਕੋਈ ਵੀ ਡੀਜੇ ਵਾਲਾ ਮਾਹੌਲ, ਅਤੇ ਪੰਜਾਬ ਦੇ ਵਿੱਚ ਅਫਸਰਸ਼ਾਹੀ ਨੂੰ ਆਦੇਸ਼ ਕੱਢ ਦਿੱਤੇ ਗਏ ਨੇ, ਉਹਨਾਂ ਵਾਸਤੇ ਸੱਦੀ ਆ। ਔਰ ਅਸੀਂ ਭਗਵੰਤ ਮਾਨ ਜੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਤੁਸੀਂ ਬਹੁਤ ਵਧੀਆ ਇਨਸਾਨ ਜੇ, ਤੁਸੀਂ ਪੰਜਾਬ ਵੱਲ ਧਿਆਨ ਦਿਓ ਔਰ ਸਾਡੇ ਭਾਈਚਾਰਕ ਸਾਂਝ, ਕ੍ਰਿਸਚਨ ਭਾਈਚਾਰਕ ਸਾਂਝ, ਸਿੱਖ ਭਾਈਚਾਰਕ ਸਾਂਝ, ਕਿਉਂਕਿ ਅਸੀਂ ਹਰ ਕੌਮ ਦਾ ਸਤਿਕਾਰ ਕਰ ਰਹੇ ਹਾਂ, ਚਾਹੇ ਉਹ ਹਿੰਦੂ ਹੋ ਜਾਂ ਮੁਸਲਮਾਨ ਜਾਂ ਸਿੱਖ ਹੋਏ ਜਾਂ ਇਸਾਈ, ਹਰ ਇੱਕ ਦਾ ਸਤਿਕਾਰ ਕਰਦੇ ਹਾਂ। ਅਤੇ ਭਗਵੰਤ ਮਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਸਪਸ਼ਟੀਕਰਨ ਦੇਣ ਕ੍ਰਿਸਚਨ ਭਾਈਚਾਰੇ ਨੂੰ ਵੀ ਕ੍ਰਿਸਚਨ ਭਾਈਚਾਰਾ ਪੰਜਾਬ ਦਾ ਵਸਨੀਕ ਨਹੀਂ ਆ। ਤੁਸੀਂ ਕਹਿ ਦਿੱਤਾ ਗਿਆ ਆ ਵੀ ਦਸੰਬਰ ਮਹੀਨੇ ਕੋਈ ਵੀ ਡੀਜੇ ਕੋਈ ਵੀ ਫੰਕਸ਼ਨ ਨਹੀਂ ਕੀਤਾ ਜਾਏਗਾ, ਕਿਉਂਕਿ ਸਾਡਾ ਦਸੰਬਰ ਮਹੀਨੇ ਜੋ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਆ, ਉਹ ਪੂਰੇ ਵਰਲਡ ਲੈਵਲ 'ਤੇ ਮਨਾਇਆ ਜਾਂਦਾ ਆ। ਤੁਸੀਂ ਥੋੜ੍ਹੇ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ, ਆਹ ਦੇਖੋ ਜੀ, ਪੱਤਰਕਾਰ ਭਰਾ ਨੂੰ ਮੈਂ ਦੱਸਣਾ ਵੀ ਆ, ਬਿਆਨ ਦਿੱਤਾ ਸੀ ਇਹਨਾਂ ਨੇ ਭਗਵੰਤ ਮਾਨ ਸਾਹਿਬ ਨੇ। ਦਸੰਬਰ ਮਹੀਨੇ ਦੇ ਵਿੱਚ ਕੋਈ ਵੀ ਜਸ਼ਨ ਵਾਲਾ ਜਾਂ ਕੋਈ ਵੀ ਅਜਿਹਾ ਸਵਾਗਤ ਨਹੀਂ ਕਰਨਾ,
ਜਿਹਦੇ ਵਿੱਚ ਕੋਈ ਡੀਜੇ ਲੱਗਦੇ ਹੋਣ ਜਾਂ ਕੋਈ ਜਲੇਬੀਆਂ ਜਾਂ ਕੋਈ ਕੋਈ ਖੁਸ਼ੀਆਂ ਮਨਾਈ ਜਾਂਦੀਆਂ ਹੋਣ। ਦਸੰਬਰ ਮਹੀਨਾ ਸਾਡੇ ਲਈ ਇੱਕ ਸ਼ੋਕ ਦਾ ਮਹੀਨਾ ਹੈ। ਸੋ ਉਹਦੇ ਲਈ ਜਿੰਨੇ ਵੀ ਪ੍ਰੋਗਰਾਮ ਭਾਵੇਂ ਨਵੰਬਰ 'ਚ ਕਰ ਲਓ, ਮੈਂ ਕਿਹਾ ਭਾਵੇਂ ਜਨਵਰੀ 'ਚ ਕਰ ਲਓ, ਅਸੀਂ ਸ਼ੋਕ ਸਭਾ ਨੂੰ ਇੱਕ ਸ਼ੋਕ ਸਭਾ ਦੇ ਤੌਰ 'ਤੇ ਮਨਾਉਂਦੇ। 23 ਦਸੰਬਰ ਨੂੰ ਪਰਿਵਾਰ ਵਿਛੋੜਾ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਸਿੰਘ ਸਰਬਾਵਾਂ ਦੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਹਰ ਕੌਮ ਦਾ ਸਤਿਕਾਰ ਕਰਦੇ ਹਾਂ। ਪਰ ਭਗਵੰਤ ਮਾਨ ਜੀ, ਸਾਡਾ ਜਿਹੜਾ ਦਸੰਬਰ ਮਹੀਨੇ ਦਾ ਦਿਹਾੜਾ ਕ੍ਰਿਸਮਿਸ ਡੇ, ਉਹ ਬਹੁਤ ਪੁਰਾਣਾ ਚੱਲਦਾ ਰਿਹਾ ਔਰ ਵਰਲਡ ਲੈਵਲ 'ਤੇ ਚੱਲਦਾ ਰਿਹਾ। ਇਸ ਲਈ ਸਾਰਾ ਕ੍ਰਿਸਚਨ ਭਾਈਚਾਰਾ ਜਿੰਨਾ ਵੀ ਆ, ਤੁਹਾਨੂੰ ਪੁੱਛਣਾ ਚਾਹੁੰਦਾ ਆ ਵੀ ਦਸੰਬਰ ਮਹੀਨੇ ਕਿੰਨਾ ਵਾਸਤੇ ਪਾਬੰਦੀਆਂ ਨੇ ਅਤੇ ਕਿੰਨਾ ਲਈ ਨਹੀਂ, ਜਾਂ ਇਹ ਕ੍ਰਿਸਚਨ ਭਾਈਚਾਰੇ ਲਈ ਪਾਬੰਦੀਆਂ ਨੇ। ਸਾਡੇ ਵਾਸਤੇ ਤਾਂ ਜਿਹੜੇ ਉਹ ਦਿਨ ਹੁੰਦੇ ਨੇ, ਜਨਮ ਦਿਹਾੜੇ ਹੁੰਦੇ ਨੇ। ਅਸੀਂ ਇਸ ਲਈ ਤੁਹਾਨੂੰ ਬੇਨਤੀ ਕਰਦੇ ਹਾਂ, ਭਾਈਚਾਰਕ ਸਾਂਝ ਪੰਜਾਬ ਦੇ ਵਿੱਚੋਂ ਨਾ ਖਤਮ ਕੀਤੀ ਜਾਏ। ਜੋ ਵੀ ਤੁਸੀਂ ਆਦੇਸ਼ ਦਿੱਤੇ ਨੇ ਉਹ ਕਿਰਪਾ ਕਰਕੇ ਸਪਸ਼ਟੀਕਰਨ ਕਰਕੇ ਦੱਸੋ ਵੀ ਕਿੰਨਾ ਵਾਸਤੇ ਆ, ਕਿਉਂਕਿ ਭਾਈਚਾਰਕ ਸਾਂਝ ਪੰਜਾਬ ਦੇ ਵਿੱਚੋਂ ਨਾ ਖਤਮ ਕੀਤੀ ਜਾਏ। ਇਸ ਲਈ ਜਿਹੜਾ 25 ਔਰ 24 ਨੂੰ ਦਿਹਾੜਾ ਹੁੰਦਾ ਆ ਪ੍ਰਭੂ ਯਸੂ ਮਸੀਹ ਦਾ, ਪੂਰੇ ਵਰਲਡ ਲੈਵਲ 'ਤੇ ਮਨਾਇਆ ਜਾਂਦਾ ਆ ਉਹ ਭਗਵੰਤ ਮਾਨ ਜੀ ਉਸਦਾ ਹੀ ਮਨਾਇਆ ਜਾਊਗਾ। ਅਤੇ ਆਪਣੇ ਆਮ ਆਦਮੀ ਪਾਰਟੀ ਇੰਚਾਰਜ ਹਲਕਾ ਕਾਦੀਆਂ ਜਗਰੂਪ ਸਿੰਘ ਸੇਠਵਾਂ ਜੀ ਨੂੰ ਵੀ ਮੰਗ ਪੱਤਰ ਦੇਵਾਂਗੇ, ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਮਿਲ ਗਰਾਊਂਡ ਧਾਰੀਵਾਲ ਦੇ ਵਿੱਚ ਵੱਡਾ ਦਿਨ ਮਨਾਉਣ ਆਏ ਸੀ, ਔਰ ਸਾਡੇ ਸੋਨੂੰ ਸਟੀਫਨ ਜੀ ਉੱਥੇ ਗਾਣੇ ਗਾਉਂਦੇ ਸੀ ਮਸੀਹ ਦੇ, ਸਾਨੂੰ ਪਤਾ। ਇਸ ਲਈ ਇਲੈਕਸ਼ਨ ਤੋਂ ਪਹਿਲਾਂ ਤੁਹਾਡਾ ਵਿਵਹਾਰ ਹੋਰ ਹੁੰਦਾ ਹੈ ਕ੍ਰਿਸਚਨ ਬਰਾਦਰੀ ਨਾਲ, SCBC ਬਰਾਦਰੀ ਨਾਲ, ਉਸ ਤੋਂ ਬਾਅਦ ਤੁਹਾਡਾ ਚੇਂਜ ਕਿਉਂ ਹੋ ਜਾਂਦਾ ਹੈ, ਤੁਸੀਂ ਇੱਕ ਜ਼ਬਾਨ 'ਤੇ ਕਿਉਂ ਨਹੀਂ ਰਹਿੰਦੇ? ਦੇਖੋ ਜੀ, ਪਿਛਲੀਆਂ ਸਰਕਾਰਾਂ ਵਰਲਡ ਲੈਵਲ 'ਤੇ ਔਰ ਸੈਂਟਰ ਸਰਕਾਰਾਂ ਔਰ ਜਿੰਨੇ ਵੀ ਪੰਜਾਬ ਸਰਕਾਰਾਂ ਪਹਿਲਾਂ, ਚਾਹੇ ਉਹ ਕਾਂਗਰਸ ਹੋ ਜਾਂ ਅਕਾਲੀ ਦਲ ਹੋਵੇ, ਉਹ ਪਹਿਲਾਂ ਸਟੇਟ ਲੈਵਲ 'ਤੇ ਕ੍ਰਿਸਮਿਸ ਦਾ ਦਿਹਾੜਾ ਮਨਾਉਂਦੀਆਂ ਰਹੀਆਂ ਨੇ। ਜਿਵੇਂ ਕਿ ਅਕਾਲੀ ਦਲ ਆ, ਪ੍ਰਕਾਸ਼ ਸਿੰਘ ਬਾਦਲ ਹੁਣਿਆਂ ਵੱਲੋਂ ਇੱਥੇ ਦਿਹਾੜੇ ਮਨਾਏ ਜਾਂਦੇ ਰਹੇ ਆ, ਔਰ ਕਾਂਗਰਸ ਵੱਲੋਂ ਵੀ ਮਨਾਏ ਜਾਂਦੇ ਰਹੇ ਨੇ।